ਬਠਿੰਡਾ ਲਾਈਵ ਦੀ ਟੀਮ ਅੱਜ ਦਿੱਲੀ ਬਾਰਡਰ ਤੇ ਪਹੁੰਚ ਚੁੱਕੀ ਹੈ। ਜਿੱਦਾਂ ਕਿ ਬੋਦੀ ਮੀਡੀਆ ਵੱਲੋਂ ਕਿਹਾ ਜਾ ਰਿਹਾ ਸੀ ਕਿ 26 ਜਨਵਰੀ ਤੋਂ ਬਾਅਦ ਕਿਸਾਨਾਂ ਦਾ ਜੋ ਜੋਸ਼ ਘਟਿਆ ਜਾ ਰਿਹਾ, ਪਰ ਜਿੱਦਾਂ ਕਿ ਅਸੀਂ ਤੁਸੀਂ ਦੇਖ ਰਹੇ ਹੋ ਪਿੱਛੇ ਜੋਸ਼ ਪਹਿਲਾਂ ਨਾਲੋਂ 10 ਗੁਣਾ ਵੱਧ ਚੁੱਕਿਆ ਹੈ। ਦੇਖੋ ਜੀ ਕਿੱਦਾਂ ਕਿਸਾਨ ਆਪਣੇ ਪੂਰੇ ਜੋਸ਼ ਦੇ ਨਾਲ ਇੱਥੇ ਪਹੁੰਚ ਚੁੱਕੇ ਹਨ। ਪੰਜਾਬ ਤੇ ਹਰਿਆਣਾ ਬਿਲਕੁਲ ਇਕੱਠੇ ਹੋ ਕੇ ਅੱਜ ਇੱਥੇ ਪਹੁੰਚੇ ਹੋਏ ਹਨ ਤੇ ਆਪਾਂ ਅੱਜ ਸਵਾਲ ਜਵਾਬ ਕਰਦੇ ਹਾਂ। ਵੀਰ ਜੀ, ਤੁਹਾਨੂੰ ਕਿੱਦਾਂ ਲੱਗ ਰਿਹਾ ਜਿੱਥੇ ਆ ਕੇ? ਪਹਿਲਾਂ ਨਾਲੋਂ ਜੋਸ਼ ਜ਼ਿਆਦਾ 26 ਜਨਵਰੀ ਤੋਂ ਬਾਅਦ ਜਾਂ ਘੱਟ ਹੈ? ਪਹਿਲੇ ਸੇ ਜ਼ਿਆਦਾ ਜੋਸ਼ ਹੈ ਕਿਸਾਨੋਂ ਕੇ ਅੰਦਰ। ਤਬ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੋਗੇ, ਕਿਸਾਨ ਯਹਾਂ ਸੇ ਬਿਲਕੁਲ ਨਹੀਂ ਹਟੇਂਗੇ। ਜੈਸੇ ਕਿ ਮੀਡੀਆ ਪਰ ਦਿਖਾਇਆ ਜਾ ਰਿਹਾ ਕਿ ਅੱਜ ਕਿ 26 ਜਨਵਰੀ ਕੇ ਬਾਅਦ ਕਿਸਾਨੋਂ ਕਾ ਜੋਸ਼ ਥੋੜਾ ਕਮ ਹੋ ਗਿਆ, ਉਸਕੇ ਬਾਰੇ ਮੇਂ ਆਪ ਕਿਆ ਕਹਿਣਾ ਚਾਹੋਗੇ? ਉਸਸੇ ਬਹੁਤ ਜ਼ਿਆਦਾ ਹੀ ਪਾਪੂਲੇਸ਼ਨ ਯਹਾਂ ਪੇ ਬੜੀ ਹੈ। ਅਭੀ ਹਰਿਆਣੇ ਸੇ ਬਹੁਤ ਜ਼ਿਆਦਾ ਟ੍ਰੈਕਟਰ ਆ ਰਹੇ ਹੈ। ਸੋਰਾਨ ਕਾਪ ਕੇ ਲਗਭਗ 2000 ਟ੍ਰੈਕਟਰ ਅਭੀ ਨਿਕਲ ਚੁੱਕੇ ਹੈ, ਭਿਵਾਨੀ ਚ ਆਗੇ ਨੇ ਆ ਚੁੱਕੇ ਹੈ, ਕੱਲ ਦਿੱਲੀ ਪਹੁੰਚ ਜਾਏਗੇ। ਇਹ ਸੀਗੇ ਜੀ ਜੋ ਕਿਸਾਨ ਆਪਣੇ ਇੱਥੇ ਦਿੱਲੀ ਬਾਰਡਰ ਤੇ ਪਹੁੰਚੇ ਹੋਏ ਹਨ ਤੇ ਬਾਬਾ ਜੀ ਆਪਣੇ ਇੱਕ ਨਾਲ ਹਨ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ। ਬਾਬਾ ਜੀ ਕਿੱਥੋਂ ਤੇ ਕਦੋਂ ਆਏ ਸੀ ਤੁਸੀਂ? ਮੈਂ ਜੀ ਪੰਜਾਬ ਤੋਂ, ਜ਼ਿਲ੍ਹਾ ਮੁਕਤਸਰ ਤੋਂ ਹਾਂ। ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਜ ਆਏ ਹੋਏ ਇੱਥੇ? ਸਾਨੂੰ ਆਇਆਂ ਨੂੰ, ਮੈਨੂੰ ਤਾਂ ਜਦੋਂ ਡਲੇ ਵੱਜੇ ਆ ਡਕੈਂਤ ਦੇ ਤੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ ਤੇ ਤੜਕੇ ਸਵੇਰ ਅਸੀਂ ਆਏ ਹਾਂ। ਤੇ ਜਿੱਦਾਂ ਕਿ ਮੋਦੀ ਮੀਡੀਆ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦਾ ਜੋਸ਼ ਥੋੜ੍ਹਾ ਘੱਟ ਚੁੱਕਿਆ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਜੀ, ਜੋਸ਼ ਤਾਂ ਵਾਧਾ ਮੀਡੀਆ ਨੇ ਵਿਖਾ ਨਹੀਂ ਰਹੇ, ਜਿਹੜੇ ਗੋਦੀ ਮੀਡੀਆ। ਤੇ ਜਿੱਦਾਂ ਕਿ ਹਰਿਆਣੇ ਦੇ ਵਿੱਚੋਂ ਨੈੱਟ ਦੀਆਂ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ, ਉਸ ਬਾਰੇ ਕੀ ਕਹਿਣਾ ਚਾਹੋਗੇ? ਵੀ ਜਨਤਾ ਨੂੰ ਪਤਾ ਨਾ ਲੱਗੇ ਵੀ ਕੀ ਹੋ ਰਿਹਾ, ਇਹ ਸਰਕਾਰ ਦੀ ਨਲਾਇਕੀ ਆ। ਠੀਕ ਹੈ। ਤੇ ਇਹ ਸੀਗੇ ਜੋ ਸਾਡੇ ਬਜ਼ੁਰਗ ਕਿਸਾਨ ਨੇਤਾ ਤੇ ਸਾਡੀ ਮਰਿੰਡਾ ਲਾਈਵ ਦੀ ਟੀਮ ਦੇ ਨਾਲ ਕੈਮਰਾਮੈਨ ਆਰ ਪੀ ਸਿੰਘ ਦੇ ਨਾਲ। ਧੰਨਵਾਦ ਜੀ।